तवियां पा लें दो गाइस, रुकियो 2 मिनट, तवियां आप अपने ट्रैक्टर के पीछे पा लिए। लो भी पै गई तवियां। ओके बल्ले बल्ले बल्ले। हाँ जी चो प्रो, सत श्री अकाल, नमस्कार ते अस्सलाम वालेकुम भाई, की हाल चाल है, घेंट आना सारे जाने, वेरी गुड गाइस। ते अपना मुंडो काला भैया जिदा तुसी देख सकते हैं, जिदियां मुछां की मिट्टी रंगियां भाई, मानदे आ सिरा होया पिया ना भाई। ते पिछले एपीसोड विच गाइस तुसी देखिया सी अपना जिहड़ा आशा ट्रैक्टर सी, अपना नहीं सी मतलब अपना गुआंढियां तो जिहड़ा लियांदा सी, उह बेचारे आशा ट्रैक्टर दा भाई इन्ना उहने जोर लाया खुब गया सी, उह तां कुछ ना कुछ करके आपां उत्थों कढ लिया। मैं तुहानू जाके दिखाउणा ਤੇ ਜਿਹੜੀ ਉੱਥੇ ਕਬੈਨ ਫਸੀ ਸੀ ਬਾਈ, ਜਿਹੜੀ ਉੱਥੇ ਕਬੈਨ ਫਸੀ ਸੀ ਬਾਈ ਆਪਣੀ, ਉਹ ਵੀ ਆਪਾਂ ਕੱਢ ਲਈ ਆ। ਤੇ ਮੈਂ ਅੱਜ ਜਿਹੜੇ ਇੱਧਰ ਆਪਣੇ ਖੇਤ ਵਿੱਚ ਤਵੀਆਂ ਖੜੀਆਂ ਸੀ, ਮੈਂ ਆਪਣੇ ਉਹ ਕਿੱਲੇ ਵਿੱਚ ਲੈ ਕੇ ਚੱਲਾਂ ਬਾਈ, ਕਿਉਂਕਿ ਕਬੈਨ ਆਪਣੀ ਨਿਕਲ ਗਈ ਆ ਤੇ ਨਾਲ ਹੀ ਆਪਾਂ ਪਿੱਛੇ ਉਹਦੇ ਹਲ ਮਾਰਨੇ ਸਟਾਰਟ ਕਰ ਦੇਣੇ ਆ। ਪਰ ਉਸ ਤੋਂ ਪਹਿਲਾਂ ਬਾਈ ਜਿਹੜਾ ਆਪਣਾ ਟਰੈਕਟਰ ਆ ਆਹ ਖੜਾ ਦੇਖੋ ਆਸ਼ਾ, ਇਹਦੀ ਪਾਵਰ ਦਾ ਤਾਂ ਹੁਣ ਆਪਣਾ ਨੂੰ ਪਤਾ ਲੱਗ ਹੀ ਗਿਆ ਹਨਾ ਮੁੰਡਿਓ, ਕਿ ਨਹੀਂ ਲੱਗਿਆ ਕਿ ਨਹੀਂ ਲੱਗ ਗਿਆ ਨਾ ਪਤਾ। ਤੇ ਵੈਸੇ ਆ ਨੋ ਬ੍ਰੇਕਾਂ ਬਾਈ, ਆਹ ਟਰੈਕਟਰ 36-30 ਨਿਊ ਹਲੈਂਡ ਕਿੱਦਾਂ ਲੱਗਿਆ ਜ਼ਰੂਰ ਕਮੈਂਟਾਂ 'ਚ ਜਾ ਕੇ ਭਰ ਦਿਓ ਬਾਈ, ਕਿੱਦਾਂ ਲੱਗਿਆ, ਕਿੱਦਾਂ ਇਹਦੀ ਮੋਡੀਫਿਕੇਸ਼ਨ ਕਿੱਦਾਂ ਲੱਗੀ। ਇਹ ਵੀ ਧਾਲੀਵਾਲ ਦਾ ਬਾਈ, ਇਹ ਵੀ ਮੈਂ ਲੈ ਕੇ ਆਉਂਦਾ ਸੀ। ਅਤੇ ਬਾਈ ਇਹਦੀ ਆਪਾਂ ਪਾਵਰ ਟੈਸਟ ਕਰਨੀ ਆ, ਉਹ ਤਾਂ ਚਲੋ ਕਰਨੀ ਆ, ਪਰ ਅੱਜ ਆਪਾਂ ਜਿਹੜਾ ਆਸ਼ਾ ਟਰੈਕਟਰ ਖੜ੍ਹਾ ਉਹ ਮੋੜ ਕੇ ਆਉਣਾ, ਪਰ ਉਸ ਤੋਂ ਪਹਿਲਾਂ ਆਪਾਂ ਇਹਦੀ ਨਾ ਪਾਵਰ ਚੈੱਕ ਕਰ ਲਈ, ਤਵੀਆਂ ਨੂੰ ਖਿੱਚਦਾ ਕਿ ਨਹੀਂ, ਕਿਉਂਕਿ ਜੇ ਦੇਖਿਆ ਜਾਣ ਬਾਈ ਆਹ ਤਵੀਆਂ ਚੈੱਕ ਕਰ ਲਓ ਬਾਈ ਪਹਿਲਾਂ, ਕਿੰਨੀਆਂ ਤਵੀਆਂ ਗੀਆਂ ਆਪੇ ਗਿਣ ਲਓ। ਹੁਣ ਮੈਂ ਇੱਥੇ ਖੜਾ ਦੇਣਾ, ਚੈੱਕ ਕਰੋ ਬਹੁਤ ਜ਼ਿਆਦਾ ਗਈਆਂ ਬਾਈ। ਸੋ ਟਰੈਕਟਰ ਦੀ ਪਾਵਰ ਚੈੱਕ ਕਰਨੀ ਆ, ਨੋ ਬ੍ਰੇਕ, ਨੋ ਬ੍ਰੇਕ ਮਹਿਕਮਾ ਮਤਲਬ ਤੁਹਾਨੂੰ ਲੱਗ ਜੂ ਪਤਾ ਟਰੈਕਟਰ ਦੀ ਪਾਵਰ ਦਾ ਬਾਈ। ਅਤੇ ਸਿੱਟੀਆਂ ਤਵੀਆਂ ਥੱਲੇ ਅਤੇ ਝੂਟਾ ਬਾਈ ਕਹਿੰਦੇ ਬੱਲੇ 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 ਲੈ, ਆਰਾਮ ਨਾਲ ਹੀ ਬੱਲੇ ਕਰਾਤੀ ਨਾ ਹੱਥ। ਇਹੀ ਜੇ ਤਵੀਆਂ ਬਾਈ ਮੈਂ ਆਸ਼ੇ ਦੇ ਪਿੱਛੇ ਪਾਤੀਆਂ, ਆਸ਼ੇ ਨੇ ਨਹੀਂ ਖਿੱਚਣੀਆਂ। ਇੱਧਰ ਚੈੱਕ ਕਰਿਓ ਤਵੀਆਂ, ਮੈਂ ਇੱਥੇ ਲਾਹ ਦੇਣਾ ਟਰੈਕਟਰ ਨੂੰ, ਇੱਧਰ ਲਾਉਣਾ ਆਸ਼ਾ। ਪਹਿਲਾਂ ਇੱਥੇ ਬਾਈ ਮਸਾ ਕੱਢਿਆ ਆਪਾਂ ਖੇਤ ਵਿੱਚੋਂ, ਲੱਕੜਾਂ ਲੁੱਕੜਾਂ ਲਾ ਕੇ ਇਹਦੇ ਟਾਇਰ ਨੂੰ, ਅਤੇ ਚੱਲ ਬਈ ਆਸ਼ਿਆ। ਪਰ ਹੁਣ ਜੇ ਦੁਬਾਰਾ ਨਾ ਫਸ ਜੇ ਬਾਈ, ਮੈਨੂੰ ਇਹ ਡਰ ਆ, ਪਰ ਮੈਂ ਤੁਹਾਨੂੰ ਦਿਖਾਉਂਦਾ ਰੋਜ਼ ਜੋ ਆਸ਼ੇ ਨੇ ਤਵੀਆਂ ਨਹੀਂ ਖਿੱਚਣੀਆਂ ਬਾਈ, ਜੇ ਮੈਨੂੰ ਲੱਗਦਾ ਜਿੱਥਾਂ ਤੱਕ ਇਹਦੇ ਹਾਲਾਤ ਲੱਗਦੇ। ਇਹ ਤਾਂ ਮਾਮਾ ਹੀਰ ਦਾ ਸਟਾਰਟ ਹੀ ਹੋਣ ਹੋਇਆ। ਆਸ਼ੇ ਦੀ ਆਵਾਜ਼ ਲਈ ਬਾਈ ਲਾਈਕ ਕਰ ਦਿਓ, ਜੇ ਵਧੀਆ ਲੱਗੀ ਨਾ ਆਸ਼ੇ ਦੀ ਆਵਾਜ਼ ਤੁਹਾਨੂੰ ਤਾਂ ਸਾਰੇ ਜਣੇ ਲਾਈਕ ਜ਼ਰੂਰ ਕਰਿਓ। ਪਰ ਆਸ਼ਾ ਮੇਰਾ ਬਾਈ ਹੁਣ ਬਾਈ ਤੂੰ ਖਿੱਚਦਾ ਹੋਵੇ ਬਾਈ, ਖਿੱਚਦਾ ਹੋਵੇ ਬੱਲੇ ਬੱਲੇ ਆਸ਼ੇ ਦੇ। ਮੈਂ ਤਾਂ ਅੱਜ ਇਹਨੂੰ ਮੋੜਨ ਚੱਲਾ ਸੀ ਮੁੰਡਿਓ, ਮੈਂ ਤਾਂ ਅੱਜ ਉਹਨੂੰ ਵਾਪਸ ਦੇਣ ਜਾਣਾ ਸੀ ਬਾਈ ਨੂੰ। ਹਾਏ ਵੇ ਗਾਇਸ, ਵਾਪਸ ਤਾਂ ਦੇਣ ਜਾਣਾ ਗਾ, ਕਿਉਂਕਿ ਨਾ ਆਪਾਂ ਜਿਹੜੀ ਆ ਟਰਾਲੀ ਆ ਭਰ ਗਈ, ਆ ਕਣਕ ਨਾਲ ਅੱਧੀ ਭਰੀ ਪਈ ਆ। ਅਤੇ ਮੈਂ ਨਾ ਪਹਿਲਾਂ ਨਾ ਮਸ਼ੀਨ ਨਾਲ ਥੋੜ੍ਹੀ ਜਿਹੀ ਬਾਈ ਉੱਧਰ ਕਣਕ ਵੱਢ ਕੇ ਨਾ ਮੈਂ ਉਹ ਟਰੈਕਟਰ ਵਾਪਸ ਕਰਨ ਜਾਣਾ, ਅਤੇ ਉੱਥੋਂ ਜਿਹੜਾ ਆਪਾਂ ਟਰੈਕਟਰ ਲੈਣ ਜਾਣਾ ਨਾ ਬਾਈ, ਉਹ ਟਰੈਕਟਰ ਦਾ ਤੁਹਾਨੂੰ ਸਾਰਾ ਕੁਝ ਪਤਾ, ਗੈਸ ਕਰੋ ਕਿਹੜਾ ਟਰੈਕਟਰ ਹੋ ਸਕਦਾ। ਅਤੇ ਉਹ 'ਚ ਥੋੜ੍ਹੀ ਜਿਹੀ ਮੋਡੀਫਿਕੇਸ਼ਨ ਮਤਲਬ ਮੋਡੀਫਿਕੇਸ਼ਨ ਕੀਤੀ ਆ, ਸੋ ਤੁਹਾਨੂੰ ਵਧੀਆ ਲੱਗੂਗੀ। ਪਰ ਉਸ ਤੋਂ ਪਹਿਲਾਂ ਨਾ ਮੈਂ ਇੱਥੇ ਭਈਏ ਨੂੰ ਲਾ ਦਿੰਦਾ ਕਿ ਆਹ ਜਿਹੜੇ 2 ਗੇੜੇ ਰਹਿੰਦੇ ਆ ਨਾ ਬਾਈ ਕਣਕ ਦੇ, ਇਹ ਵੀ ਖਲਾਰੇ ਪੈ ਜਾਣਗੇ ਇੱਥੋਂ, ਅਤੇ ਬਾਅਦ 'ਚੋਂ ਆਪਾਂ ਆਸ਼ਾ ਉਹ ਛੱਡ ਕੇ ਆਉਂਦੇ ਹਾਂ। ਪਰ ਮੈਨੂੰ ਲੱਗਿਆ ਸੀ ਮੁੰਡਿਓ ਕਿ ਆਸ਼ੇ ਨੇ ਸ਼ਾਇਦ ਤਵੀਆਂ ਨੂੰ ਨਹੀਂ ਖਿੱਚਣਾ, ਪਰ ਆਸ਼ੇ ਨੇ ਤਾਂ ਤੱਕ ਰਾਤੀ ਬਾਈ, ਉਹ ਮੰਨ ਗਏ ਬਾਈ ਆਸ਼ੇ ਨੂੰ ਨਹੀਂ ਰੀਸਾ ਯਾਰ। ਇੱਥੇ ਡਰਾਈਵਰੀ ਚੈੱਕ ਕਰਿਓ ਬਾਈ ਕਮੈਂਡ ਦੀ, ਤੁਹਾਡੇ ਬਾਈ ਦੀ ਮੰਨਦੇ ਨਾਲ ਹੀ ਬਾਈ, ਬਾਹਲੀ ਤਗੜੀ ਕਮੈਂਡ ਆ ਬਾਈ, ਇਹ ਕਿਹੜੀ ਸੀਗੀ ਹਿੰਦ ਵਾਲਿਆਂ ਦੀ, ਨਾਲ ਹੀ ਘੁੰਮ ਜਾਂਦੀ ਆ। ਸੋ ਇੱਥੇ ਮੈਂ ਜ਼ਿਆਦਾ ਟਾਈਮ ਨਹੀਂ ਖਰਾਬ ਕਰਨਾ, ਵੈਸੇ ਮੈਂ ਇੱਥੇ ਭਈਏ ਨੂੰ ਲਾ ਦੇਣਾ, ਥੋੜ੍ਹਾ ਜਿਹਾ ਰੁੱਬ ਜਿਹਾ ਵੱਢ ਲਈਏ ਆਪਾਂ। ਅਤੇ ਆਪਾਂ ਜਾਣਾ ਗਾ ਟਰੈਕਟਰ ਚੱਕਣ, ਜੋ ਟਰੈਕਟਰ ਨਾਲ ਆਪਾਂ ਟਰਾਲੀ ਖਿਚਾਉਣੀ ਹੈ, ਅਤੇ ਆਪਣਾ ਜਿਹੜਾ ਦੂਜਾ ਟਰੈਕਟਰ ਆ ਬ੍ਰੇਕਾਂ ਫੇਲ ਮਹਿਕਮਾ ਵਾਲਾ ਉਹ ਜਿਹੜਾ ਖੜ੍ਹਾ ਬਈ, ਉਹ ਵੀ ਇੱਥੇ ਖੜ੍ਹਾ ਰਹੂਗਾ। ਅਤੇ ਆਪਣਾ ਭਈਏ ਨੂੰ ਮੈਂ ਲਾਤਾ ਕੰਮ ਕਰਨ, ਕਿਉਂਕਿ ਇੰਨਾ ਟਾਈਮ ਹੈ ਨਹੀਂ ਸਾਡੇ ਕੋਲ, ਕਿਉਂਕਿ ਉਹ ਬਾਈ ਨੇ ਕਿਹਾ ਸੀ ਤੇਰੇ ਲਈ ਇੱਕ ਟਰੈਕਟਰ ਉੱਥੇ ਖੜ੍ਹਾ ਹੈਗਾ ਬਾਈ, ਉਹ ਟਰੈਕਟਰ ਤੈਨੂੰ ਪਸੰਦ ਆਊਗਾ ਅਤੇ ਉਹ 'ਚ ਪਾਵਰ ਵੀ ਇੰਨੀ ਆ, ਅਤੇ ਆਸ਼ਾ ਤੂੰ ਸਾਨੂੰ ਸਾਡਾ ਦੇ ਜਾ, ਮਤਲਬ ਜੇ ਆਸ਼ਾ ਤੈਨੂੰ ਨਹੀਂ ਪਸੰਦ ਆਇਆ ਤਾਂ ਤੂੰ ਸਾਨੂੰ ਦੇ ਜਾ। ਅਤੇ ਉੱਥੇ ਬਹੁਤ ਤਗੜਾ ਟਰੈਕਟਰ ਖੜਾ ਬਾਈ, ਅਤੇ ਹੁਣ ਮੈਂ ਉਹ ਟਰੈਕਟਰ ਲੈ ਕੇ ਆਉਂਦਾ ਅਤੇ ਦੇਖਦੇ ਹਾਂ ਕੀ ਬਣਦਾ। ਵੈਸੇ ਮੁੰਡਿਓ ਆਸ਼ੇ ਨੇ ਤਵੀਆਂ ਖਿੱਚ ਕੇ ਹੱਥ ਕਰਾ ਦਿੱਤੇ, ਚਲੋ ਜ਼ਿਆਦਾ ਟਾਈਮ ਨਹੀਂ ਖਰਾਬ ਕਰਦੇ, ਚੱਲ ਬਈ ਆਸ਼ਾ। ਅਤੇ ਉਹ ਮਾਮਾ ਹੀਰ ਦਾ ਕਹਿੰਦਾ ਸੀ ਬਸ ਤੂੰ ਉਹ ਬਈ ਜਿਹੜੀਆਂ ਦੇਖਦੀਆਂ ਨਾ ਤੁਹਾਨੂੰ ਆਪਣੀ ਰੇਲਵੇ ਸਟੇਸ਼ਨ ਦੀ ਸੜਕ ਸਿੱਧਾ ਉਹਦੇ ਉੱਤੇ ਆ ਜੂ, ਅਤੇ ਹੁਣ ਮੈਨੂੰ ਇਹ ਡਰ ਆ
ਜੇ ਉਧਰੋਂ ਟ੍ਰੇਨ ਆ ਗਈ ਫਿਰ ਤੇ ਸਾਨੂੰ ਟਰੈਕਟਰ ਕਿੱਦਾਂ ਲੱਭੂਗਾ? ਉਹਨੇ ਕਿਹਾ ਸੀ ਉਹ ਪਟੜੀ ਦੇ ਉੱਤੇ ਆ ਜੀ, ਤੈਨੂੰ ਆਪੇ ਟਰੈਕਟਰ ਲੱਭ ਜਾਣਾ। ਤੇ ਭਾਈ ਆਸ਼ਾ ਆਪਣਾ ਇੱਥੋਂ ਚੜ ਜੂਗਾ। ਚੱਲ 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 ਓਏ ਆਵਾਸ਼ ਆਸ਼ਾ। ਗਾਇਸ ਆਸ਼ੇ ਦਾ ਤਾਂ ਕੰਮ ਹੋ ਗਿਆ, ਆਸ਼ਾ ਪਲਟੀ ਖਾ ਗਿਆ ਭਾਈ। ਨਹੀਂ ਰੀਸਾਂ ਮੁੜੋ ਤੁਰ ਕੇ ਜਾਂਦੇ ਹਾਂ, ਜੇ ਇੱਥੇ ਕੋਈ ਟਰੈਕਟਰ ਟਰੂਟਰ ਖੜਾ ਹੋਇਆ ਨਾ ਜਿਹੜਾ ਬਾਈ ਕਹਿੰਦਾ ਸੀ, ਤਾਂ ਫਿਰ ਆਪਾਂ ਚੱਕ ਕੇ ਵਿੱਚ ਮਾਰ ਕੇ ਇਹਨੂੰ ਸਿੱਧਾ ਕਰ ਦਾਂਗੇ। ਪਰ ਇੱਥੇ ਤਾਂ ਦੂਰ ਦੂਰ ਤੱਕ ਮੈਨੂੰ ਕੋਈ ਨਹੀਂ ਦਿਖਦਾ, ਤੁਹਾਨੂੰ ਦਿਖਦਾ? ਚੁੱਪ ਰੋਏ। ਅਰੇ ਭਾਈ ਸ਼ਾਇਦ ਪਰਲੇ ਪਾਸੇ ਨਾ ਹੋਵੇ, ਆ ਜਾਓ ਦੇਖਦੇ ਹਾਂ। ਭਾਈ ਆਸ਼ਾ ਦੇਖਿਓ ਕਿੱਦਾਂ ਲੂਟਰੀਆਂ ਖਾ ਗਿਆ ਸੀ ਬੱਲੇ। ਉਹਨੇ ਕਿਹਾ ਸੀ ਟਾਲੀ ਜੀ ਤਾਂ ਆ ਰਹੀ ਬਾਈ, ਟਾਲੀ ਦੇ ਕੋਲ ਖੜਾ ਉਹਨੇ ਕਿਹਾ ਸੀ, ਪਰ ਇੱਥੇ ਕਿੱਥੇ ਖੜਾ ਹੋ ਸਕਦਾ ਯਾਰ, ਟਾਲੀ ਤਾਂ ਆ ਰਹੀ ਮੁੰਡਿਓ। ਆਹ ਬਾਈ ਦੇ ਕਿੱਲੇ ਇੱਧਰ ਜੇ ਤੁਹਾਨੂੰ ਦਿਖਦੇ ਪਏ ਆ। ਓਏ ਬੱਲੇ ਚੋਬਰ, ਕਿਹੜਾ ਟਰੈਕਟਰ ਲੱਗਦਾ ਇਹ? ਜੋਨ ਡੀਅਰ ਮਾਲਵਾ ਬੈਲਟ ਬਾਈ। ਓਏ ਬਾਈ ਬਾਈ ਬਾਈ, ਛੇ ਟਾਇਰ ਬਾਈ, ਜਿੱਦਾਂ ਆਪਣੇ ਕੋਲ ਜੀ ਟੀ ਏ ਚ ਹੋਣੀ ਹੋਈ, ਜਿੱਦਾਂ ਆਪਣੇ ਕੋਲ ਜੀ ਟੀ ਏ ਚ ਆ ਮੁੰਡਿਓ, ਉਹਲਾ ਟਰੈਕਟਰ ਹੈ ਤਾਂ ਜਿਹੜਾ ਆਪਣੇ ਕੋਲ ਜੀ ਟੀ ਏ ਚ 855 ਬਾਈ, ਛੇ ਟਾਇਰਾਂ ਵਾਲਾ, 6x6। ਵੈਸੇ ਜੋਨ ਡੀਅਰ ਆ ਬਾਈ। ਚੁੱਪ ਰੋ, ਕਿੱਦਾਂ ਲੱਗਿਆ ਟਰੈਕਟਰ ਤੁਹਾਨੂੰ? ਸਿਰਾ ਗੱਲਬਾਤ ਹੈ ਨਾ, ਧਾਕੜ ਕੋਟੀ ਨੂੰ ਫੋਨ। ਮੈਨੂੰ ਸਮਝ ਲੱਗੀ ਬਾਈ ਕਿ ਇਹ ਟ੍ਰੇਨ ਦੀ ਪਟੜੀ 'ਤੇ ਕਿਉਂ ਕਹਿੰਦਾ ਸੀ ਕਿ ਉੱਥੇ ਖੜਾ ਹੋਊਗਾ, ਕਿਉਂਕਿ ਟ੍ਰੇਨ ਦੀ ਪਟੜੀ ਆ। ਚੈੱਕ ਕਰਿਓ, ਓ ਮਾਸ਼ਾ ਅੱਲਾ ਟਰੈਕਟਰ ਦੀ ਸਪੀਡ। ਉਹ ਟ੍ਰੇਨ ਆ ਗਈ ਓਏ, ਟ੍ਰੇਨ ਆ ਗਈ। ਇੱਧਰ ਆ ਟਰੈਕਟਰ ਪਲਟ ਗਿਆ ਤੇ ਉੱਧਰ ਆਪਣਾ ਜੋਨ ਡੀਅਰ ਗਿਆ, ਤੇ ਆਪਣੇ ਕੋਲ ਕੀ ਰਹਿ ਗਿਆ ਹੁਣ ਮੁੰਡਿਓ, ਇਹ ਤੁਸੀਂ ਮੈਨੂੰ ਦੱਸੋ। ਕਿਸੇ ਨੇ ਕੁਛ ਦੇਖਿਆ ਬਾਈ? ਨਹੀਂ ਦੇਖਿਆ ਨਾ, ਵੈਰੀ ਗੁੱਡ। ਇੱਦਾਂ ਹੀ ਆ ਬਾਈ ਇਹ ਖੇਤੀਬਾੜੀ, ਇੱਦਾਂ ਹੁਣ ਐਕਸੀਡੈਂਟ, ਹੁਣ ਕੀ ਕਰੀਏ ਯਾਰ, ਹੋ ਗਿਆ ਤਾਂ ਹੋ ਗਿਆ ਬਾਈ, ਪਰ ਆਪਾਂ ਬਚ ਗਏ ਨਾ। ਟਰੈਕਟਰ ਹੁਣ ਆਪਣਾ ਇੰਨਾ ਸੋਹਣਾ ਟਰੈਕਟਰ, ਮੈਂ ਉਹ ਤਾਂ ਲਿਆਂਦਾ ਸੀ ਬਾਈ ਕਿ ਆ ਟਰਾਲੀ ਨੂੰ ਖਿੱਚਣਾ ਪੈਣਾ, ਕਿਉਂਕਿ ਟਰਾਲੀ ਹੁਣ ਭਰ ਜਾਣੀ ਆ ਸੁੱਖ ਨਾਲ ਦਾਣਿਆਂ ਨਾਲ, ਅਤੇ ਆਸ਼ਾ ਨੇ ਇਹਨੇ ਖਿੱਚ ਨਹੀਂ ਪਾਉਣੀ ਸੀ, ਅਤੇ ਆ ਨੋ ਬ੍ਰੇਕ ਵਾਲਾ ਇਹਨੂੰ ਮੈਂ ਤਾਂ ਲਿਆਂਦਾ ਸੀ ਟਰੈਕਟਰ ਨੂੰ ਕਿ ਇਹ ਹਲ ਹੁਲ ਮਾਰ ਲੂਗਾ ਤਵੀਆਂ, ਅਤੇ ਟਰੈਕਟਰ ਰਹਿ ਗਿਆ ਆਪਣੇ ਕੋਲ ਇੱਕ ਬਾਈ, ਅਤੇ ਇਹਦੇ ਨਾਲ ਹੀ ਕੰਮ ਚਲਾਉਣਾ ਪੈਣਾ। ਆ ਯਾਰ ਟਰਾਲੀ ਪਾਉਣਾ ਬਾਈ ਮੈਂ ਇਹਦੇ ਪਿੱਛੇ ਹੁਣ ਆਪਣੇ ਝੋਟੇ ਪਿੱਛੇ। ਸ਼ੁਕਰ ਕਰੋ ਵਾਲਾ ਟਰੈਕਟਰ ਮੈਂ ਲਿਆਂਦਾ ਸੀ ਮੁੰਡੇ, ਪਰ ਯਾਰ ਇਹ ਤਾਂ ਕਲੋਲਾਂ ਹੋ ਗਈਆਂ ਨਾ ਬਾਈ। ਯਾਰ ਕੀ ਕਹੂੰਗੇ ਬਾਈ, ਪਰ ਮੈਂ ਮੁੜਿਆ ਸੀ ਬਾਈ, ਮੁੜਿਆ ਨਹੀਂ ਯਾਰ ਉਹ ਟਰੈਕਟਰ ਜੋਨ ਡੀਅਰ ਇੰਨਾ ਭਾਦਾ ਸੀ। ਓ ਹੋ ਹੋ, ਹਾਂ ਬਾਈ ਆਹ ਨਿਊ ਹਲੈਂਡ ਦੀ ਆਵਾਜ਼ ਆ ਨਾ ਜਿਹੜੀ, ਧਾਕੜ ਆ ਮੁੰਡੇ ਧਾਕੜ। ਬੱਲੇ ਬੱਲੇ ਆ ਗਏ ਬਈਆ। ਓ ਹੋ ਹੋ, ਰੋਕ ਦਾਣੀ ਓਏ, ਇੱਕ ਦਾ ਐਡਾ ਵੱਡਾ ਬੰਪਰ ਲਾਇਆ ਮੁੰਡਿਓ, ਫਿਰਾ ਗੱਲਬਾਤ ਕੀਤੀ ਪਈ ਆ। ਮੁੜ ਜੂਗਾ, ਮੁੜ ਗਿਆ ਮੁੜ ਗਿਆ ਮੁੜ ਗਿਆ। ਨਹੀਂ ਰੀਸਾ ਖੋਲਦੇ ਪੰਪ, ਸਹੀ ਹੈ ਬਾਈ। ਹੁਣ ਆਪਾਂ ਨਾ ਦਾਣੇ ਪਵਾ ਲਈਏ ਬਾਈ, ਅਤੇ ਉਹ ਜਿਹੜਾ ਆਸ਼ਾ ਗਾ ਮੈਂ ਫੋਨ ਕਰ ਦੂੰਗਾ ਬਾਈ ਨੂੰ ਕਿ ਬਾਈ ਤੁਸੀਂ ਆਪੇ ਸਿੱਧਾ ਕਰ ਲਓ, ਅਤੇ ਜਿਹੜਾ ਜੋਨ ਡੀਅਰ ਸੀਗਾ ਉਹ ਵੀ ਫੋਨ ਲਾਉਣਾ ਪੈਣਾ ਮਸ਼ੀਨਾਂ ਨੂੰ, ਵੱਡੀਆਂ ਮਸ਼ੀਨਾਂ ਬਾਈ ਸੱਦਣੀਆਂ ਪੈਣੀਆਂ, ਕਿ ਟਰੈਕਟਰ ਦਾ ਜ਼ਿਆਦਾ ਨੁਕਸਾਨ ਹੋ ਗਿਆ ਮੁੰਡੇ। ਕਿਆ ਕਰੇ ਬਾਈ, ਪਿਛਲੀ ਵਾਰੀ ਆਪਾਂ ਕੀਤਾ ਸੀ ਆਪਣੀ ਕੰਬਾਈਨ ਫਸ ਗਈ ਸੀ, ਅਤੇ ਇਸ ਵਾਰ ਜਿਹੜਾ ਟਰੈਕਟਰ ਆਪਾਂ ਲੈਣ ਗਏ ਸੀ ਉਹਦਾ ਨੁਕਸਾਨ ਕਰਤਾ। ਮਤਲਬ ਕੀ ਬਾਈ, ਕਲੋਲਾਂ ਹੀ ਆ ਬਾਈ, ਕੀ ਕਰੇ ਬੰਦਾ ਯਾਰ। ਟਰੈਕਟਰ ਕਿੱਦਾਂ ਥੱਲੇ ਬੈਠਿਆ ਸੀ ਬਾਈ? ਆ ਵੈਸੇ ਕੰਬਾਈਨ ਵੀ ਮੈਨੂੰ ਛੱਡ ਕੇ ਆਉਣੀ ਪੈਣੀ ਆ, ਪਰ ਫਿਲਹਾਲ ਆਪਾਂ ਕੰਬਾਈਨ ਨੂੰ ਇੱਥੇ ਰੱਖੀਏ। ਆ ਥੋੜ੍ਹੀ ਜਿਹੀ ਕਣਕ ਪਈ ਆ, ਬਈਆਂ ਨੂੰ ਕਹਿੰਦਾ ਮੈਂ ਬਾਈ ਕਿ ਹੱਥ ਨਾਲ ਕਰ ਲੈਣਗੇ, ਪਰ ਟਰੈਕਟਰ ਖਿੱਚਦਾ ਨਾ ਟਰਾਲੀ ਨੂੰ। ਅਰੇ ਬਾਈ ਈਜ਼ੀ ਬਾਈ, ਈਜ਼ੀ ਈਜ਼ੀ, ਪਰ ਨਹੀਂ ਈਜ਼ੀ ਆ, ਪਰ ਅਗਲੇ ਟਾਇਰ ਜ਼ੋਰ ਮਾਰਦੇ ਆ। ਓਏ ਹੋਏ ਸਿਰਾ ਬਾਈ, ਚੱਕਦਾ ਚੱਕਦਾ ਜ਼ੋਰ ਲਾਉਂਦਾ ਬਾਈ, ਹੈਗੀ ਗੱਲਬਾਤ। ਲਓ ਵੀ ਮੁੰਡੇ ਜਿੰਨਾ ਵੀ ਆਪਣਾ ਝਾੜ ਨਿਕਲਿਆ ਨਾ, ਆਪਾਂ ਇਹਨੂੰ ਛੱਡ ਕੇ ਆਉਣਾ ਟਰਾਲੀ ਨੂੰ ਉੱਥੇ ਜਿੱਥੇ ਆਪਾਂ ਵੇਚਣੀ ਆ ਕਣਕ, ਅਤੇ ਫਿਰ ਬਾਅਦ 'ਚੋਂ ਜਦੋਂ
ਵੇਚਿਆ ਆ ਆਪਾਂ ਬਾਈ, ਫਿਰ ਆ ਕੇ ਆਪਾਂ ਟਰੈਕਟਰ ਨਾਲ ਨਾ ਕਰਦੇ ਹਾਂ, ਹਲ ਹੁਲ ਮਾਰਦੇ ਹਾਂ ਬਾਈ। ਪਰ ਉਹ ਜਿਹੜਾ ਨੁਕਸਾਨ ਹੋ ਗਿਆ ਮੁੰਡੇ ਜੋਨ ਡੀਅਰ ਦਾ, ਆਪਣੀ ਜੀਪ ਉੱਦਣ ਦੀ ਬਾਈ ਇੱਥੇ ਹੀ ਖੜੀ ਆ, ਚੈੱਕ ਕਰੋ। ਉਹਨੇ ਆਉਂਦੇ ਆ ਗਾਇਸ, ਜੀਪ ਵਾਲੇ ਆਉਂਦੇ ਆ ਤੁਹਾਡੇ ਕੋਲ ਬਾਈ। ਆ ਟਰਾਲੀ ਛੱਡਿਆ ਜੀ ਇਹ ਮੁੰਡੇ, ਅਤੇ ਨੁਕਸਾਨ ਤਾਂ ਬਾਈ ਬਹੁਤ ਭਾਰੀ ਹੋ ਗਿਆ। ਪਰ ਆ ਨੋ ਬ੍ਰੇਕ ਵਾਲਾ ਕਿੱਦਾਂ ਲੱਗਿਆ ਬਾਈ, ਝੋਟਾ ਆਪਣਾ ਜ਼ਰੂਰ ਦੱਸਿਓ ਤੁਸੀਂ। ਰੂਕ ਦੌੜੀ ਹੋਈ ਵੀ ਨਹੀਂ ਰੀਸਾ, ਕਣਕ ਵੇਚ ਆਈਏ ਚੁੱਪਰ, ਅਤੇ ਫਿਰ ਆਪਾਂ ਹੁਣ ਪੈਸੇ ਦੇਣੇ ਪੈਣੇ ਆ ਬਾਈ ਨੂੰ, ਕਿਉਂਕਿ ਨੁਕਸਾਨ ਭਾਰੀ ਹੋ ਗਿਆ ਬਾਈ ਟਰੈਕਟਰ ਦਾ। 6x6 ਸੀ ਬਾਈ, 4x4 ਤਾਂ ਤੁਸੀਂ ਸੁਣਿਆ ਜੀ, ਉਹ ਟਰੈਕਟਰ 6x6 ਸੀ। ਪਰ ਕਿਆ ਕਰੇਗਾ, ਚਲੋ ਟਰਾਲੀ ਨੂੰ ਆਪਾਂ ਇੱਥੇ ਲਾਉਣਾ ਗਾ, ਲੈਟਸ ਗੋ, ਇੱਥੇ ਲਾ ਦਿੰਦੇ ਆਪਾਂ ਜੀ। ਜੀ ਲਓ ਵੀ ਮੁੰਡੇ ਇੱਥੇ ਲਾ ਦਈਏ, ਆਪ ਹੀ ਆ ਬਾਅਦ 'ਚ ਸ਼ੈਲਟਰਾਂ ਸ਼ੁਲਟਰਾਂ ਜਿੱਥੇ ਵਾੜੀ ਜਾਣਗੇ। ਆਪਾਂ ਬਸ ਟਰਾਲੀ ਲਾਉਣੀ ਸੀ, ਅਤੇ ਹੁਣ ਟਰੈਕਟਰ ਨੂੰ ਲੈ ਕੇ ਜਾਂਦਾ ਬਾਈ ਮੈਂ। ਅਤੇ ਇੱਦਾਂ ਕਰਦੇ ਹਾਂ, ਜੋ ਟਰੈਕਟਰ ਨਿਕਲਦਾ ਸਹੀ ਆ, ਨਹੀਂ ਤਾਂ ਮੈਂ ਅੱਜ ਮਸ਼ੀਨ ਵੀ ਲੈ ਕੇ ਆਉਣੀ ਆ ਆਲੂ ਪੱਟਣ ਵਾਲੀ ਬਾਈ। ਜਿਹੜੀ ਆਪਣੀ ਮਸ਼ੀਨ ਆ ਨਾ, ਆਲੂ ਹੁਣ ਆਪਣੇ ਹੋ ਗਏ ਸੁੱਖ ਨਾਲ, ਆਲੂ ਵੀ ਪੱਟਣੇ ਆ, ਅਤੇ ਆਲੂ ਲਈ ਵੀ ਵੈਸੇ ਟਰਾਲੀ ਚਾਹੀਦੀ ਸੀ ਕੋਈ। ਨਹੀਂ 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 ਵੈਰੀ ਗੁੱਡ ਬਾਈ, ਪਹਿਲਾ ਟਰੈਕਟਰ ਦੇਖਿਆ ਬਾਈ ਮੈਂ ਜਿਹੜਾ ਇੱਦਾਂ ਪਲਟ ਕੇ ਸਿੱਧਾ ਹੋ ਗਿਆ। ਬੱਲੇ ਬੱਲੇ ਤੇਰੇ, ਨਹੀਂ ਨੋ ਬ੍ਰੇਕਾਂ ਵਾਲਿਆ ਅੱਤ ਕਰਾਤੀ, ਨਹੀਂ ਤਾਂ ਨੋਰਮਲੀ ਬਾਈ ਸਾਰੇ ਟਰੈਕਟਰ ਪਲਟ ਜਾਂਦੇ ਹੁੰਦੇ ਆ। ਇਹ ਪਲਟਣ ਦਾ ਰੀਜ਼ਨ ਇਹ ਆ ਮੁੰਡਿਓ, ਕਿਉਂਕਿ ਇਹਦੇ ਇੰਨੀ ਸਪੀਡ 'ਤੇ ਜਦੋਂ ਆਪਾਂ ਮੋੜਦੇ ਹਾਂ, ਇਹ ਤਾਂ ਹੌਲੀ ਕਰਕੇ ਮੋੜਨਾ ਬੰਦਾ ਫਿਰ ਨਹੀਂ ਪਲਟਦੇ। ਸੋ ਤਾਂ ਕਰਕੇ ਲਓ ਵੀ ਮੁੰਡਿਓ, ਮੈਨੂੰ ਹੁਣ ਇੱਥੇ ਕੰਮ ਕਰਨਾ ਪੈਣਾ ਯਾਰ। ਪਰ ਆਪਣਾ ਜਿਹੜਾ ਉਹ ਟਰੈਕਟਰ ਸੀ ਉਹਦਾ ਤਾਂ ਕੰਮ ਹੋ ਗਿਆ ਬਾਈ। ਬਈਏ ਨੂੰ ਕਹਿੰਦਾ ਇੱਥੇ ਹਲ ਮਾਰ ਪਹਿਲਾਂ, ਬਾਅਦ 'ਚੋਂ ਤਵੀਆਂ ਮਾਰਦਾ ਕਿ ਕੋਈ ਚੱਕਰ ਨਹੀਂ, ਪਹਿਲਾਂ ਹਲ ਹੀ ਮਾਰਦੇ ਹਾਂ ਬਾਈ। ਅਤੇ ਟਰੈਕਟਰ ਇੱਕ ਰਹਿ ਗਿਆ ਬਾਈ ਆਪਣੇ ਕੋਲ, ਚਲੋ ਦੇਖਦੇ ਇੱਦਾਂ ਕਰਦੇ ਹਾਂ ਬਾਈ। ਆਹ ਹਲ ਨਾ ਇਹਦੇ ਪਿੱਛੇ ਪਾ ਕੇ ਦੇਖਦਾ, ਕੀ ਪਤਾ ਕਿਸੇ ਨੇ ਉਹ ਨਦੀ 'ਚੋਂ ਬਾਹਰ ਨਾ ਕੱਢਤਾ ਹੋਵੇ ਉਹਦਾ ਟਰੈਕਟਰ ਆਪਣਾ। ਸੋ ਉਹ ਟਰੈਕਟਰ ਨੂੰ ਆਪਣੇ ਨੂੰ ਲਿਆਉਣਾ ਪੈਣਾ ਬਾਈ ਕਿਸੇ ਨਾ ਕਿਸੇ, ਕਿਉਂਕਿ ਜੇ ਟਰੈਕਟਰ ਇੱਦਾਂ ਪਾਣੀ ਪੂਣੀ 'ਚ ਡਿੱਗ ਜਾਵੇ ਬਾਹਰ ਆ ਜਾਂਦਾ ਹੁੰਦਾ, ਆਪਾਂ ਚੈੱਕ ਵੀ ਨਹੀਂ ਚੰਗੀ ਤਰ੍ਹਾਂ ਕੀਤਾ, ਕੀ ਪਤਾ ਉੱਥੇ ਕਿਨਾਰੇ ਕਨੂਰੇ 'ਤੇ ਖੜ੍ਹਾ ਹੋਵੇ, ਆਪਾਂ ਦੇਖਿਆ ਨਹੀਂ। ਸੋ ਇੱਥੇ ਆ ਧੂੜਾਂ ਪੱਟਦਾ ਆਪਣਾ ਬਾਈ, ਚੁੱਪਰ ਨੋ ਬ੍ਰੇਕ ਹਲਾਂ ਨਾਲ, ਅਤੇ ਮੈਂ ਉਹ ਟਰੈਕਟਰ ਨੂੰ ਲੱਭਣ ਜਾਂਦਾ ਬਾਈ, ਦੇਖਦੇ ਹਾਂ ਕੀ ਪਤਾ ਆ ਗਿਆ ਹੋਵੇ ਯਾਰ। ਇਹਨੂੰ ਆਪਾਂ ਲਾ ਦਿੰਦੇ ਹਾਂ ਭਈਆ ਆਪਣਾ ਹਲ ਮਾਰ ਲੂਗਾ, ਨਹੀਂ ਰੀਸਾਂ ਤੀਰੀਆਂ ਲੈ ਜਾ। ਇੱਧਰ ਬਾਈ ਆਪਣਾ ਭਈਆ ਅੱਤ ਕਰਾਈ ਜਾਂਦਾ, ਅਤੇ ਮੈਂ ਦੇਖਣ ਜਾਂਦਾ ਨਦੀ ਦੇ ਕਿਨਾਰੇ, ਕੀ ਪਤਾ ਪਾਣੀ ਦੇ ਵਹਾਅ ਨਾਲ ਬਾਈ, ਕੀ ਪਤਾ ਬਾਈ ਆਪਣਾ ਟਰੈਕਟਰ ਪਾਣੀ ਦੇ ਵਹਾਅ ਨਾਲ ਮਤਲਬ ਬਾਹਰ ਆ ਗਿਆ ਹੋਵੇ। ਸੋ ਕੋਈ ਪਤਾ ਨਹੀਂ, ਆਪਾਂ ਇੱਕ ਵਾਰੀ ਜਾ ਕੇ ਦੇਖ ਆਉਂਦੇ ਹਾਂ, ਕਿਉਂਕਿ ਆਪਾਂ ਜਲਦੀ ਜਲਦੀ ਭੱਜ ਆਏ ਸੀ ਇਦੋਂ ਪਹਿਲਾਂ ਕਿ ਇੱਥੇ ਪੁਲਿਸ ਪਾਲਸ ਹੁੰਦੀ ਨਾ। ਸੋ ਆਪਾਂ ਦੇਖ ਲਈਏ ਕੀ ਪਤਾ ਪਾਣੀ ਦੇ ਨਾਲ ਇੱਦਾਂ ਵੀ ਵਾਹ, ਉਹ ਬੱਲੇ ਉਹ ਬਾਈ ਆਹ ਖੜਾ ਆਵੇ ਥੋਡੀ ਨੂੰ। ਦੇਖਿਆ ਪਾਣੀ ਦੀ ਨਦੀ ਦਾ ਵਾਹ ਮਾੜਾ ਜਿਹਾ ਤੇਜ਼ ਹੋਇਆ ਪਿਆ, ਅਤੇ ਆਪਣਾ ਟਰੈਕਟਰ ਸੁੱਖ ਨਾਲ ਬਾਈ ਬਾਹਰ ਆ ਗਿਆ ਚੁੱਪਰੋ, ਚੈੱਕ ਕਰੋ। ਮੰਨਦੇ ਹਾਂ ਬਾਈ ਇਹ ਹੁੰਦਾ ਜਾਦੂ, ਇਹ ਹੁੰਦਾ ਜਾਦੂ ਬਾਈ, ਮਾਲਵਾ ਬੈਲਟ ਬਾਈ। ਇਹ ਟਰੈਕਟਰ ਨੂੰ ਤਾਂ ਲੈ ਕੇ ਆਉਂਦਾ ਸੀ, ਮੈਂ ਕਿਹਾ ਇਹਦੀ ਪਾਵਰ ਚੈੱਕ ਕਰਨੀ ਆ ਬਾਈ। ਬਾਈ ਨੂੰ ਕਿਹਾ ਸੀ ਇੱਕ ਝੂਟਾ ਟਰੈਕਟਰ ਭੇਜੀ, ਅਤੇ ਮੁੰਡੇ ਤੁਹਾਨੂੰ ਆ ਟਰੈਕਟਰ ਕਿੱਦਾਂ ਲੱਗਿਆ ਇੱਕ ਵਾਰੀ ਕਮੈਂਟ ਜ਼ਰੂਰ ਕਰਿਓ ਬਾਈ। ਜੋਨ ਡੀਅਰ ਕਹਿੰਦੇ ਇਹਨੂੰ, ਮਾਲਵਾ ਬੈਲਟ। ਅਤੇ ਹੁਣ ਇਹਦੇ ਨਾਲ ਆਪਾਂ ਦੇਖਦੇ ਹਾਂ ਤਵੀਆਂ ਮਾਰਨੀਆਂ ਬਾਈ, ਅਤੇ ਆਹ ਝੂਟੇ ਦੀ ਪਾਵਰ ਚੈੱਕ ਕਰਦੇ ਹਾਂ ਆਪਾਂ, ਪਲਟ ਨਾ ਜਾਵੇ। ਓਹੋ ਹੋ ਬ੍ਰੈਕ ਵੀ ਬਾਈ ਪੂਰੇ ਗਾਡਰ ਆ। ਇਹ ਮੁੰਡੇ ਕਹਿੰਦਾ ਨੂਰ ਕੋਲ ਹੁੰਦਾ ਸੀ ਇਹ ਟਰੈਕਟਰ, ਨੂਰ ਦਾ ਪੁਰਾਣਾ ਟਰੈਕਟਰ ਆ ਬਾਈ ਇਹ ਕਹਿੰਦੇ। ਅਤੇ ਕਹਿੰਦੇ ਇੱਕ ਪਿੱਛੇ ਧਾਲੀਵਾਲ ਅਤੇ ਮੂਹਰੇ ਆਪਣਾ ਜੋਨ ਡੀਅਰ, ਰੋਜ਼ਾ ਰੋਜ਼ਾ ਧਾਲੀਵਾਲ ਬਾਈ ਯਾਰ। ਆਪਾਂ ਤਵੀਆਂ ਪਾ ਲਈਏ, ਤਵੀਆਂ ਪਾ ਲਈਏ ਬਾਈ, ਅਤੇ ਕਰਦੇ ਹਾਂ ਕੰਮ ਆਪਾਂ। ਆ ਥੱਲੇ ਹੀ ਲਾ ਦੇ ਬਾਈ, ਤਵੀਆਂ ਮਾਰਨੀਆਂ ਹੀ ਆਪਾਂ, ਚੈੱਕ ਕਰਦੇ ਹਾਂ ਨਾਲੇ ਟਰੈਕਟਰ ਦੀ ਪਾਵਰ ਬਾਈ। ਉਹ ਗੱਲਬਾਤ ਐਂਡ ਬਾਬਿਓ, ਮੰਨਦੇ ਆ। ਲਓ ਵੀ ਸ਼ੁਕਰ ਆ, ਜ਼ਿਆਦਾ ਮਤਲਬ ਪਾਣੀ ਦੇ ਮਤਲਬ ਡੂੰਘਾ ਨਹੀਂ ਗਿਆ ਬਾਈ ਟਰੈਕਟਰ, ਸੋ ਨਹੀਂ ਤਾਂ ਫਿਰ ਕੰਮ ਖਰਾਬ ਹੋ ਜਾਣਾ ਸੀ। ਸੋ ਹੁਣ ਆਪਾਂ ਮਾਰਦੇ ਹਾਂ ਤਵੀਆਂ, ਅਤੇ ਚੁੱਪਰੋ ਤੁਹਾਨੂੰ ਕਿੱਦਾਂ ਲੱਗਿਆ ਹੈ ਟਰੈਕਟਰ, ਇੱਕ ਵਾਰੀ ਕਮੈਂਟ ਜ਼ਰੂਰ ਕਰਿਓ, ਅਤੇ ਲਾਈਕ ਜ਼ਰੂਰ ਕਰ ਦਿਓ। ਅਤੇ ਮੈਂ ਇੱਧਰ ਤਵੀਆਂ ਮਾਰਦਾ ਪਿਆ, ਉੱਧਰ ਆਪਣਾ ਉਹ ਲੱਗਿਆ ਪਿਆ ਝੋਟਾ ਬਾਈ, ਨਹੀਂ ਰੀਸਾ ਜੀ ਜੀ ਸਿਰਾ ਗੱਲਬਾਤ, ਘੈਂਟ ਗੱਲਬਾਤ ਬਾਬੇ ਸਿਰਾ ਨਾ। ਅਤੇ ਲਓ ਵੀ ਮੁੜਿਓ
ਆ ਟਰੈਕਟਰ ਦੀ ਮੈਂ ਗੱਲ ਕਰਦਾ ਸੀ ਇਹਨੂੰ ਨਾ ਤੁਹਾਨੂੰ ਮਤਲਬ ਹੌਲੀ ਹੌਲੀ ਕੋਲ ਜਾ ਕੇ ਦਿਖਾਉਣਾ ਆ ਚੈੱਕ ਕਰੋ ਆਪਾਂ ਸੋਨਮ ਬਾਜਵਾ ਬਿਠਾਤੀ ਆ ਬਾਈ ਟਰੈਕਟਰ 'ਤੇ ਚੈੱਕ ਕਰੋ ਚੱਲ ਚੱਲ ਆ ਜਾ ਕੁੜੀਏ ਅਤੇ ਦੂਜੇ ਪਾਸੇ ਆਪਣਾ ਮੱਦੀ ਲੱਗਿਆ ਪਿਆ ਹਲਾਂ ਨਾਲ ਪਰ ਉਹ ਟਰੈਕਟਰ ਜ਼ਿਆਦਾ ਭੱਜਦਾ ਪਿਆ ਆਹ ਬਾਈ ਅਤੇ ਤੁਸੀਂ ਦੱਸਿਓ ਬਾਈ ਤੁਹਾਡਾ ਕਿਹੜਾ ਟਰੈਕਟਰ ਫੇਵਰੇਟ ਆ ਇਹਨਾਂ ਦੋਵਾਂ 'ਚੋਂ ਇੱਕ ਪਾਸੇ ਨਿਊ ਹੋਲੈਂਡ ਅਤੇ ਇੱਕ ਪਾਸੇ ਜੋਂਡੀਅਰ ਨੂਰ ਬਾਈ ਦਾ ਪੁਰਾਣਾ ਉਹ ਮੁੰਡਾ ਕਮੈਂਟ ਕਰਕੇ ਜ਼ਰੂਰ ਦੱਸਿਓ ਲਾਈਕ ਕਰ ਦਿਓ ਅਤੇ ਮਿਲਦੇ ਹਾਂ ਤੁਹਾਨੂੰ ਫਿਰ ਅਗਲੇ ਐਪੀਸੋਡ ਵਿੱਚ ਜਦੋਂ ਆਪਾਂ ਉਹ ਬਾਈ ਜਿਹੜੇ ਉੱਧਰ ਆਲੂ ਆ ਆਲੂਆਂ ਦਾ ਕੰਮ ਕਰਨਾ ਆਲੂ ਆਪਾਂ ਚੱਕਣੇ ਆ ਅਤੇ ਦੇਖਦੇ ਹਾਂ ਓਕੇ ਗਾਈਸ ਜੇ ਐਪੀਸੋਡ ਵਧੀਆ ਲੱਗਿਆ ਤਾਂ ਲਾਈਕ ਜ਼ਰੂਰ ਕਰਿਓ ਮਿਲਦੇ ਹਾਂ ਤੁਹਾਨੂੰ ਫਿਰ ਅਗਲੇ ਐਪੀਸੋਡ ਵਿੱਚ ਬਾਈ ਰੱਬ ਰਾਖਾ ਯਾਰੋ।